ਆ ਵੇਖੋ ਸਰਕਾਰੀ ਬੱਸ ਦਾ ਹਾਲ, ਕਿਵੇਂ ਚੱਲਦੀ ਬੱਸ ਦੇ ਨਿਕਲੇ ਟਾਇਰ। ਮੌਕੇ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ। ਤਾਂ ਇਹ ਤਸਵੀਰਾਂ ਇੱਕ ਸਰਕਾਰੀ ਬੱਸ ਦੀਆਂ ਨੇ, ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ। ਤਾਂ ਜਦ ਇਹ ਸਵਾਰੀਆਂ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਹੀ ਇਸ ਦੇ ਪਿੱਛੇ ਵਾਲੇ ਟਾਇਰ ਨਿਕਲ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਅਤੇ ਚੀਕ ਚਿਹਾੜਾ ਪੈ ਜਾਂਦਾ ਹੈ। ਤਾਂ ਬੱਸ ਤੋਂ ਅਲੱਗ ਹੋ ਜਾਂਦਾ ਹੈ ਪਿੱਛੇ ਵਾਲੇ ਟਾਇਰ ਦਾ ਸਾਰਾ ਹਿੱਸਾ, ਅਤੇ ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸਾਰੀਆਂ ਸਵਾਰੀਆਂ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਕੋਈ ਵੱਡੀ ਸੱਟ ਨਹੀਂ ਲੱਗਦੀ। ਤਾਂ ਮੌਕੇ 'ਤੇ ਇੱਕ ਦੂਸਰੀ ਬੱਸ ਰੋਕੀ ਜਾਂਦੀ ਹੈ, ਜਿਸ 'ਤੇ ਚੜ੍ਹਾ ਕੇ ਇਹਨਾਂ ਸਵਾਰੀਆਂ ਨੂੰ ਮੌਕੇ ਤੋਂ ਰਵਾਨਾ ਕੀਤਾ ਜਾਂਦਾ। ਤਾਂ ਇੱਕ ਵਾਰ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਇਸ ਬੱਸ ਦੇ ਪਿੱਛੇ ਵਾਲੇ ਟਾਇਰ ਅਲੱਗ ਹੋ ਗਏ ਨੇ। ਤਾਂ ਚੱਲਦੀ ਬੱਸ ਸੀ ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ, ਜਿਸ ਦੌਰਾਨ ਇਸਦੇ ਇਹ ਟਾਇਰ ਨਿਕਲ ਜਾਂਦੇ ਨੇ। ਤਾਂ ਦੱਸਦੇ ਕਿ ਇਹ ਬੱਸ ਅੰਮ੍ਰਿਤਸਰ ਵੱਲ ਜਾ ਰਹੀ ਸੀ ਅਤੇ ਇਹ ਹਾਦਸਾ ਹਿਮਾਚਲ ਦੇ ਮੰਡੀ ਦੇ ਇਲਾਕੇ ਦੇ ਵਿੱਚ ਹੋਇਆ। ਤਾਂ ਪਹਾੜੀ ਇਲਾਕੇ ਦੇ ਵਿੱਚ ਵੱਡਾ ਹਾਦਸਾ ਹੋ ਗਿਆ, ਪਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਜਾ ਰਹੀ ਸੀ ਤਾਂ ਅਚਾਨਕ ਇਸਦੇ ਪਿੱਛੇ ਵਾਲੇ ਟਾਇਰ ਨਿਕਲ ਜਾਂਦੇ ਨੇ। ਤਾਂ ਮੌਕੇ 'ਤੇ ਲੋਕਾਂ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ। ਲੋਕ ਵੀ ਕੁਝ ਸਮਝ ਨਹੀਂ ਪਾਉਂਦੇ ਕਿ ਅਚਾਨਕ ਉਹਨਾਂ ਦੇ ਨਾਲ ਇਹ ਕੀ ਹੋ ਗਿਆ, ਪਰ ਇਸ ਦੇ ਵਿੱਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗਦੀ। ਤਾਂ ਦੂਸਰੀ ਬੱਸ ਦੇ ਰਾਹੀਂ ਇਹਨਾਂ ਲੋਕਾਂ ਨੂੰ ਉੱਥੋਂ ਰਵਾਨਾ ਕਰ ਦਿੱਤਾ ਜਾਂਦਾ ਹੈ। ਤਾਂ ਇਹ ਹਿਮਾਚਲ ਤੋਂ ਚੱਲ ਕੇ ਬੱਸ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵੱਲ ਜਾ ਰਹੀ ਸੀ, ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ ਜੋ ਕਿ ਆਪਣੇ ਪਰਿਵਾਰ ਦੇ ਨਾਲ ਬੈਠੇ ਸੀ, ਕੁਝ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੈਠੇ ਸੀ, ਜਿਸ ਦੌਰਾਨ ਇਹ ਵੱਡਾ ਹਾਦਸਾ ਹੋ ਗਿਆ ਕਿ ਬੱਸ ਦੇ ਪਿੱਛੇ ਵਾਲੇ ਟਾਇਰ ਹੀ ਨਿਕਲ ਗਏ। ਤਾਂ HRTC ਦੀ ਬੱਸ ਸੀ, ਹਿਮਾਚਲ ਰੋਡਵੇਜ਼ ਦੀ ਬੱਸ ਸੀ, ਜਿਸ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ। ਆ ਵੇਖੋ ਸਰਕਾਰੀ ਬੱਸ ਦਾ ਹਾਲ, ਕਿਵੇਂ ਚੱਲਦੀ ਬੱਸ ਦੇ ਨਿਕਲੇ ਟਾਇਰ। ਮੌਕੇ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ। ਤਾਂ ਇਹ ਤਸਵੀਰਾਂ ਇੱਕ ਸਰਕਾਰੀ ਬੱਸ ਦੀਆਂ ਨੇ, ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ। ਤਾਂ ਜਦ ਇਹ ਸਵਾਰੀਆਂ ਨੂੰ ਲੈ ਕੇ ਜਾ ਰਹੀ ਹੁੰਦੀ ਹੈ ਤਾਂ ਰਸਤੇ ਦੇ ਵਿੱਚ ਹੀ ਇਸ ਦੇ ਪਿੱਛੇ ਵਾਲੇ ਟਾਇਰ ਨਿਕਲ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਅਤੇ ਚੀਕ ਚਿਹਾੜਾ ਪੈ ਜਾਂਦਾ ਹੈ। ਤਾਂ ਬੱਸ ਤੋਂ ਅਲੱਗ ਹੋ ਜਾਂਦਾ ਹੈ ਪਿੱਛੇ ਵਾਲੇ ਟਾਇਰ ਦਾ ਸਾਰਾ ਹਿੱਸਾ, ਅਤੇ ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸਾਰੀਆਂ ਸਵਾਰੀਆਂ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਕੋਈ ਵੱਡੀ ਸੱਟ ਨਹੀਂ ਲੱਗਦੀ। ਤਾਂ ਮੌਕੇ 'ਤੇ ਇੱਕ ਦੂਸਰੀ ਬੱਸ ਰੋਕੀ ਜਾਂਦੀ ਹੈ, ਜਿਸ 'ਤੇ ਚੜ੍ਹਾ ਕੇ ਇਹਨਾਂ ਸਵਾਰੀਆਂ ਨੂੰ ਮੌਕੇ ਤੋਂ ਰਵਾਨਾ ਕੀਤਾ ਜਾਂਦਾ। ਤਾਂ ਇੱਕ ਵਾਰ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਇਸ ਬੱਸ ਦੇ ਪਿੱਛੇ ਵਾਲੇ ਟਾਇਰ ਅਲੱਗ ਹੋ ਗਏ ਨੇ। ਤਾਂ ਚੱਲਦੀ ਬੱਸ ਸੀ ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ, ਜਿਸ ਦੌਰਾਨ ਇਸਦੇ ਇਹ ਟਾਇਰ ਨਿਕਲ ਜਾਂਦੇ ਨੇ। ਤਾਂ ਦੱਸਦੇ ਕਿ ਇਹ ਬੱਸ ਅੰਮ੍ਰਿਤਸਰ ਵੱਲ ਜਾ ਰਹੀ ਸੀ ਅਤੇ ਇਹ ਹਾਦਸਾ ਹਿਮਾਚਲ ਦੇ ਮੰਡੀ ਦੇ ਇਲਾਕੇ ਦੇ ਵਿੱਚ ਹੋਇਆ। ਤਾਂ ਪਹਾੜੀ ਇਲਾਕੇ ਦੇ ਵਿੱਚ ਵੱਡਾ ਹਾਦਸਾ ਹੋ ਗਿਆ, ਪਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਜਾ ਰਹੀ ਸੀ ਤਾਂ ਅਚਾਨਕ ਇਸਦੇ ਪਿੱਛੇ ਵਾਲੇ ਟਾਇਰ ਨਿਕਲ ਜਾਂਦੇ ਨੇ। ਤਾਂ ਮੌਕੇ 'ਤੇ ਲੋਕਾਂ ਦੇ ਵਿੱਚ ਵੀ ਹਫੜਾ ਦਫੜੀ ਮਚ ਜਾਂਦੀ ਹੈ। ਲੋਕ ਵੀ ਕੁਝ ਸਮਝ ਨਹੀਂ ਪਾਉਂਦੇ ਕਿ ਅਚਾਨਕ ਉਹਨਾਂ ਦੇ ਨਾਲ ਇਹ ਕੀ ਹੋ ਗਿਆ, ਪਰ ਇਸ ਦੇ ਵਿੱਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗਦੀ। ਤਾਂ ਦੂਸਰੀ ਬੱਸ ਦੇ ਰਾਹੀਂ ਇਹਨਾਂ ਲੋਕਾਂ ਨੂੰ ਉੱਥੋਂ ਰਵਾਨਾ ਕਰ ਦਿੱਤਾ ਜਾਂਦਾ ਹੈ। ਤਾਂ ਇਹ ਹਿਮਾਚਲ ਤੋਂ ਚੱਲ ਕੇ ਬੱਸ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵੱਲ ਜਾ ਰਹੀ ਸੀ, ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਸੀ ਜੋ ਕਿ ਆਪਣੇ ਪਰਿਵਾਰ ਦੇ ਨਾਲ ਬੈਠੇ ਸੀ, ਕੁਝ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੈਠੇ ਸੀ, ਜਿਸ ਦੌਰਾਨ ਇਹ ਵੱਡਾ ਹਾਦਸਾ ਹੋ ਗਿਆ ਕਿ ਬੱਸ ਦੇ ਪਿੱਛੇ ਵਾਲੇ ਟਾਇਰ ਹੀ ਨਿਕਲ ਗਏ। ਤਾਂ HRTC ਦੀ ਬੱਸ ਸੀ, ਹਿਮਾਚਲ ਰੋਡਵੇਜ਼ ਦੀ ਬੱਸ ਸੀ, ਜਿਸ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ।